ਇਹ ਦੁਨੀਆ 14 ਦਿਨਾਂ ਦਾ ਮੇਲਾ, ਨੱਚ ਲੈ ਗਾ ਲੈ ਖੁਸ਼ੀ ਮਨਾ ਲੈ, ਤੇ ਲਓ ਹੁਣ ਕਿਹੜੀ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਨ ਲੱਗੀ ਆ ਕਿ ਜਿਹਨੇ ਹੰਝੂਆਂ ਰਾਹੀਂ ਹੀ ਰੁੜ ਜਾਣਾ, ਨੈਣੀ ਕੱਢਣਾ ਪਾਉਣ ਦਾ ਕੀ ਫਾਇਦਾ, ਠੋਕਰ ਲੱਗੀ ਤੇ ਜਿਹਨੇ ਹੈ ਭੱਜ ਜਾਣਾ, ਮਾਹੀ ਬੰਦਾ ਛੜਕਾਉਣ ਦਾ ਕੀ ਫਾਇਦਾ, ਜਿਹਨੂੰ ਦਿਲ ਨਹੀਂ ਆਪਣਾ ਦੇ ਸਕਦੇ ਐਵੇਂ ਯਾਰੀਆਂ ਲਾਉਣ ਦਾ ਕੀ ਫਾਇਦਾ, ਆਸ਼ਕ ਪਾਣੀ ਤੋਂ ਤੜਫਦਾ ਮਿਲ ਮਰ ਜਾਵੇ ਤੇ ਪਿੱਛੋਂ ਮਾਸ਼ੂਕ ਦੇ ਆਉਣ ਦਾ ਕੀ ਫਾਇਦਾ, ਜਿਉਂਦੇ ਜੀਆਂ ਨਾ ਜਿਸਮ ਨੂੰ ਲੀਰ ਮਿਲੇ ਤੇ ਕਫਨ ਕੀਮਤੀ ਪਾਉਣ ਦਾ ਕੀ ਫਾਇਦਾ, ਵਾਦਾ ਕਰਕੇ ਜੇ ਤੋੜ ਨਹੀਂ ਨਿਭਾ ਸਕਦੇ ਲਾਰੇ ਯਾਰਾਂ ਨੂੰ ਲਾਉਣ ਦਾ ਕੀ ਫਾਇਦਾ, ਪਰ ਇਹ ਵਾਦਾ ਸੀ ਜਵਾਹਰ ਪੱਟੇ, ਇਹ ਵਾਦਾ ਸੀ ਤੁਹਾਡੇ ਰੂਬਰੂ ਕਰਨ ਦਾ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਮੈਂ ਪੂਜਾ
ਲਗਾ ਕੇ।